ਮੋਗਾ ਦੇ ਜੀਰਾ ਰੋਡ ਤੇ ਪਿੰਡ ਖੋਸਾ ਪਾਂਡੋ ਦੇ ਨੇੜੇ ਬੀਤੀ ਰਾਤ ਪੈਟਰੋਲ ਪੰਪ ਤੇ ਕੁਝ ਲੋਕਾਂ ਨੇ ਪੰਪ ਦੇ ਕਰਿੰਦੇ ਨੂੰ ਤੇਜ਼ ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਮ੍ਰਿਤਕ ਰਾਮ ਗੋਪਾਲ ਯੂਪੀ ਦੇ ਇਟਾਵਾ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਲੰਬੇ ਸਮੇਂ ਤੋਂ ਆਪਣੇ ਭਰਾ ਅਤੇ ਸਾਲੇ ਨਾਲ ਇਸ ਪੰਪ ਤੇ ਕੰਮ ਕਰਦਾ ਸੀ। ਫਿਲਹਾਲ ਕਤਲ ਕਿਸ ਕਰਕੇ ਹੋਇਆ ਹੈ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਮੋਗਾ ਦੇ DSP ਕੇਸਰ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਅਤੇ ਉਹਨਾਂ ਨੇ ਜਾਂਚ ਕੀਤੀ ਹੈ। ਪੈਟਰੋਲ ਪੰਪ ਤੇ ਲੱਗੇ CCTV ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ, ਪਰ ਅਜੇ ਤੱਕ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਿਆ ਹੈ। ਅੱਜ ਸਵੇਰੇ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਹੈਗੀ ਕਿ ਖੋਸਾ ਪਾਂਡੋ ਜਿਹੜਾ ਹੈਗਾ ਪੈਟਰੋਲ ਪੰਪ ਦੇ ਉੱਪਰ ਰਾਮ ਗੋਪਾਲ ਨਾਂ ਦਾ ਮੈਨੇਜਰ ਸੀਗਾ ਜਿਹੜਾ ਰੱਖਿਆ ਵਾ, ਕਿ ਇਹਨੂੰ ਕੋਈ ਮਾਰ ਗਿਆ ਹੈਗਾ। ਮੌਕੇ 'ਤੇ ਪਹੁੰਚ ਗਏ ਸਾਰੇ ਹੋਰ ਪੁਲਿਸ ਅਫਸਰ ਵੀ ਪਹੁੰਚੇ ਹੈਗੇ ਆ, ਅਤੇ ਜਲਦੀ ਪਰਚਾ ਦਰਜ ਕਰਕੇ ਅਗਲੀ ਤਫਤੀਸ਼ ਅਮਲ 'ਚ ਲਿਆਂਦੀ ਜਾ ਰਹੀ ਆ। ਉਮੀਦ ਆ ਦੋਸ਼ੀਆਂ ਨੂੰ ਜਲਦੀ ਟਰੇਸ ਕਰਕੇ ਗ੍ਰਿਫਤਾਰ ਕੀਤਾ ਜਾ। ਸਰ ਪਤਾ ਚੱਲਾ ਕਿ ਕਿਉਂ ਇਸ ਘਟਨਾ ਕੋਲ ਵਾਰਦਾਤ ਵੀ ਆ ਗਿਆ? ਫਿਲਹਾਲ ਅਜੇ ਇਸ ਬਾਰੇ ਤਫਤੀਸ਼ ਦਾ ਮੈਟਰ ਹੈਗਾ, ਇਹਨੂੰ ਡਿਸਕਲੋਜ਼ ਨਹੀਂ ਕਰ ਸਕਦੇ। ਸਰ ਰਾਮ ਗੋਪਾਲ ਕਿੱਥੋਂ ਰਹਿਣ ਵਾਲਾ ਸੀਗਾ? UP ਦਾ ਸੀਗਾ ਜੀ। ਤੋ ਸਰ ਕੋਈ ਔਰ ਲੂਟ ਕੀ ਵਾਰਦਾਤ ਕੇ ਚਲਤੇ ਤੇ ਲੂਟ ਦਾ ਕੋਈ ਇਹ ਜਾਂ ਕੋਈ ਹੈ ਜੀ ਮਾਮਲਾ ਸਾਹਮਣੇ ਨਹੀਂ ਆਇਆ ਹੈਗਾ। ਸਰ ਪਤਾ ਚੱਲਿਆ ਸੀ ਕੱਲ ਡਰਾਈਵਰ ਨਾਲ ਕੋਈ ਕੁੱਟਮਾਰ ਵੀ ਲੜਾਈ ਵੀ ਹੋਈ ਸੀ ਕਿਸੇ ਗੱਡੀ ਕੋਈ ਇਹ ਜੀ ਗੱਲ ਕੋਈ ਧਿਆਨ 'ਚ ਨਹੀਂ ਸਾਡੇ ਇਹ। ਆਲਟੋ ਕਾਰ ਵਾਲਾ 3 ਵਾਰੀ ਆਇਆ, ਉਹਨੇ ਇਹ ਵੀ ਗੱਲ ਕਹੀ ਆ ਵੀ ਪੈਟਰੋਲ ਪੰਪ ਵਾਲਾ ਤੇਲ ਘੱਟ ਪਾਉਂਦੇ ਆ ਜੀ। ਤੁਹਾਨੂੰ ਪਤਾ ਹੋਊਗਾ ਯਾਰ, ਹੁਣ ਦੇਖੋ ਸਰ CCTV 'ਚ ਕੁਛ ਆਇਆ ਜੀ? ਉਹ CCTV ਚੈੱਕ ਕਰ ਰਿਹਾ ਬ੍ਰਦਰ ਅਜੇ ਤੱਕ। ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ? ਫਿਲਹਾਲ ਅਸੀਂ CCTV ਚੈੱਕ ਕਰਕੇ ਹੋਰ ਪੁਲਿਸ ਪਾਰਟੀਆਂ ਆਲੇ ਦੁਆਲੇ ਜਿਹੜੀ ਸਰਚ ਕਰਨ ਲਈ ਭੇਜੀ ਹੈਗੀ ਆ, ਜਲਦੀ ਕੋਈ ਨਾ ਕੋਈ ਕਲਿਊ ਮਿਲੂਗਾ। ਮੋਗਾ ਤੋਂ ਬਿੱਟੂ ਪੂਰਬਾ ਦੀ ਰਿਪੋਰਟ, ਪੰਜਾਬ ਟੂਡੇ।